ਜ਼ੀਰਾ ਦੇ ਹਲਕਾ ਮੁਖੂ ਵਿੱਚ ਗਹਿਰੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ। ਬੀਤੀ ਦਿਨੀ ਹੋਈ ਬਰਸਾਤ ਤੋਂ ਬਾਅਦ ਬੇਸ਼ੱਕ ਮੌਸਮ ਬੜਾ ਖੁਸ਼ਗਵਾਰ ਬਣ ਗਿਆ, ਪਰ ਬਰਸਾਤ ਤੋਂ ਬਾਅਦ ਪੈ ਰਹੀ ਧੁੰਦ ਸੜਕੀ ਹਾਦਸੇ ਨੂੰ ਨਿਉਤਾ ਦੇ ਰਹੀ ਹੈ, ਜਿਸ ਦੇ ਚਲਦੇ ਸਵੇਰੇ ਜ਼ੀਰਾ ਹਲਕਾ ਦੇ ਕਸਬਾ ਮੁਖੂ ਤੋਂ ਕੋਟ ਹਿੱਸੇ ਖਾਂ ਨੂੰ ਜਾ ਰਹੀ ਬੱਸ ਅਤੇ ਇੱਕ ਸਵਿਫਟ ਕਾਰ ਦੀ ਆਮਣ ਸਾਹਮਣੇ ਟੱਕਰ ਹੋ ਗਈ। ਕਾਰ ਵਿੱਚ ਸਵਾਰ 5 ਲੋਕ, ਜਿਨ੍ਹਾਂ ਵਿੱਚੋਂ 1 ਔਰਤ ਅਤੇ 4 ਆਦਮੀ ਸ਼ਾਮਲ ਸਨ, ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲੋਕਾਂ ਨੂੰ ਕਾਰ ਦੀ ਬਾਡੀ ਕੱਟਣੀ ਪਈ ਤੇ ਫਿਰ ਉਹਨਾਂ ਦੀ ਮ੍ਰਿਤਕ ਸਰੀਰ ਬਾਹਰ ਕੱਢਣੇ ਪਏ। ਪਰਿਵਾਰਕ ਮੈਂਬਰਾਂ ਦੀ ਜਾਣ ਪਛਾਣ ਕੀਤੀ ਗਈ ਹੈ, ਜਿਸ ਵਿੱਚ ਡਰਾਈਵਰ ਅਰਵਿੰਦਰ ਸਿੰਘ, ਪਤਨੀ ਅਮਰਜੀਤ ਕੌਰ, ਪ੍ਰਦੀਪ ਸਿੰਘ, ਰਣਜੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਸ਼ਾਮਲ ਸਨ, ਜੋ ਕਿ ਪੱਟੀ ਦੇ ਰਹਿਣ ਵਾਲੇ ਸਨ ਤੇ ਉੱਥੇ ਹੁਣ ਸੋਗ ਦਾ ਮਾਹੌਲ ਬਣ ਗਿਆ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪਬਲਿਕ ਟਾਈਮਸ। ਜ਼ੀਰਾ ਦੇ ਹਲਕਾ ਮੁਖੂ ਵਿੱਚ ਗਹਿਰੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ। ਬੀਤੀ ਦਿਨੀ ਹੋਈ ਬਰਸਾਤ ਤੋਂ ਬਾਅਦ ਬੇਸ਼ੱਕ ਮੌਸਮ ਬੜਾ ਖੁਸ਼ਗਵਾਰ ਬਣ ਗਿਆ, ਪਰ ਬਰਸਾਤ ਤੋਂ ਬਾਅਦ ਪੈ ਰਹੀ ਧੁੰਦ ਸੜਕੀ ਹਾਦਸੇ ਨੂੰ ਨਿਉਤਾ ਦੇ ਰਹੀ ਹੈ, ਜਿਸ ਦੇ ਚਲਦੇ ਸਵੇਰੇ ਜ਼ੀਰਾ ਹਲਕਾ ਦੇ ਕਸਬਾ ਮੁਖੂ ਤੋਂ ਕੋਟ ਹਿੱਸੇ ਖਾਂ ਨੂੰ ਜਾ ਰਹੀ ਬੱਸ ਅਤੇ ਇੱਕ ਸਵਿਫਟ ਕਾਰ ਦੀ ਆਮਣ ਸਾਹਮਣੇ ਟੱਕਰ ਹੋ ਗਈ। ਕਾਰ ਵਿੱਚ ਸਵਾਰ 5 ਲੋਕ, ਜਿਨ੍ਹਾਂ ਵਿੱਚੋਂ 1 ਔਰਤ ਅਤੇ 4 ਆਦਮੀ ਸ਼ਾਮਲ ਸਨ, ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲੋਕਾਂ ਨੂੰ ਕਾਰ ਦੀ ਬਾਡੀ ਕੱਟਣੀ ਪਈ ਤੇ ਫਿਰ ਉਹਨਾਂ ਦੀ ਮ੍ਰਿਤਕ ਸਰੀਰ ਬਾਹਰ ਕੱਢਣੇ ਪਏ। ਪਰਿਵਾਰਕ ਮੈਂਬਰਾਂ ਦੀ ਜਾਣ ਪਛਾਣ ਕੀਤੀ ਗਈ ਹੈ, ਜਿਸ ਵਿੱਚ ਡਰਾਈਵਰ ਅਰਵਿੰਦਰ ਸਿੰਘ, ਪਤਨੀ ਅਮਰਜੀਤ ਕੌਰ, ਪ੍ਰਦੀਪ ਸਿੰਘ, ਰਣਜੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਸ਼ਾਮਲ ਸਨ, ਜੋ ਕਿ ਪੱਟੀ ਦੇ ਰਹਿਣ ਵਾਲੇ ਸਨ ਤੇ ਉੱਥੇ ਹੁਣ ਸੋਗ ਦਾ ਮਾਹੌਲ ਬਣ ਗਿਆ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪਬਲਿਕ ਟਾਈਮਜ਼।